ਹੈਲੋ ਫਰੈਂਡਸ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਬੂਸਟ ਯੂਰ ਨੌਲੇਜ 'ਤੇ। ਅਤੇ ਮੈਂ ਦੀਪਕ ਸ਼ਰਮਾ ਇੱਕ ਵਾਰ ਫਿਰ ਤੋਂ ਤੁਹਾਡੇ ਅੱਗੇ ਹਾਜ਼ਰ ਹਾਂ ਲੈ ਕੇ ਇੱਕ ਇੰਟਰਸਟਿੰਗ ਟੋਪਿਕ। ਅੱਜ ਦਾ ਟੋਪਿਕ ਰਿਲੇਟਡ ਹੈ ਸਪੀਕਿੰਗ ਦੀ ਵੋਕੈਬਲਰੀ ਵਰਡਸ 'ਤੇ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣਾ ਬੈਂਡ ਆਰਾਮ ਨਾਲ ਇਨਕਰੀਜ਼ ਕਰ ਸਕਦੇ ਹੋ। ਅਤੇ ਉਮੀਦ ਹੈ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੂ। ਤਾਂ ਬਿਨਾਂ ਟਾਈਮ ਗੁਆਏ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ ਦੋਸਤੋ, ਅੱਜ ਦੀ ਵੀਡੀਓ ਦਾ ਆਪਣਾ ਪਹਿਲਾ ਵਰਡ ਹੈਗਾ ਪੌਕੀ, ਜਿਸਦਾ ਮੀਨਿੰਗ ਹੁੰਦਾ ਚਲਾਕ। ਅਤੇ ਇਸਦੇ ਸਿਨੋਨੀਅਮਸ ਹੁੰਦੇ ਆ ਸਲਾਈ, ਫੌਕਸੀ ਅਤੇ ਟ੍ਰਿਕੀ। ਅਤੇ ਵੱਧਦੇ ਹਾਂ ਆਪਣੇ ਦੂਜੇ ਸ਼ਬਦ ਦੇ ਵੱਲ। ਦੂਜਾ ਸ਼ਬਦ ਹੈ ਦੋਸਤੋ ਪੀਕੀ, ਜਿਸਦਾ ਮੀਨਿੰਗ ਹੁੰਦਾ ਗਾ ਬਿਮਾਰ। ਅਤੇ ਇਸਦੇ ਸਿਨੋਨੀਅਮ ਹੈਗੇ ਆ ਅਨਹੈਲਦੀ ਐਂਡ ਇਲ। ਅਤੇ ਆਪਣਾ ਥਰਡ ਵਰਡ ਹੈ ਪੈਪੀ, ਜਿਸਦਾ ਮੀਨਿੰਗ ਹੁੰਦਾ ਹੈ ਜੋਸ਼ ਨਾਲ ਭਰਿਆ ਹੋਇਆ। ਅਤੇ ਇਸਦਾ ਸਿਨੋਨੀਅਮ ਵੀ ਹੈ ਸਪੋਰਟਫੁੱਲ ਅਤੇ ਹਿਲੈਰੀਅਸ। ਆਪਣਾ ਚੌਥਾ ਵਰਡ ਹੈ ਦੋਸਤੋ ਪੈਪਰੀ, ਜਿਸਦਾ ਅਰਥ ਹੈ ਗੁੱਸੇਖੋਰ ਵਿਅਕਤੀ। ਅਤੇ ਇਸਦੇ ਸਿਨੋਨੀਅਮਸ ਹਨ ਸਪਾਈਸੀ ਅਤੇ ਹੌਟ। ਇਸ ਤੋਂ ਅਗਲਾ ਵਰਡ ਹੈ ਦੋਸਤੋ ਪੈਸਕੀ, ਜਿਸਦਾ ਮੀਨਿੰਗ ਹੁੰਦਾ ਹੈ ਤੰਗ ਕਰਨ ਵਾਲਾ ਵਿਅਕਤੀ। ਅਤੇ ਇਸਦੇ ਸਿਨੋਨੀਅਮ ਆਪਾਂ ਦੇਖ ਸਕਦੇ ਹਾਂ, ਇਸਦੇ ਸਿਨੋਨੀਅਮ ਹੁੰਦੇ ਹਨ ਅਨੋਇੰਗ ਅਤੇ ਇਰੀਟੇਟਿੰਗ। ਅਤੇ ਇਸ ਤੋਂ ਅਗਲਾ ਵਰਡ ਹੈ ਦੋਸਤੋ ਪੀਕੀ, ਅਤੇ ਇਸਦਾ ਮੀਨਿੰਗ ਹੁੰਦਾ ਹੈ ਨਖਰੇਬਾਜ। ਇਸਦੇ ਹੋਰ ਸਿਨੋਨੀਅਮਸ ਹਨ ਫਿਨਿਕਲ ਅਤੇ ਫੁਸੀ। ਜੀ ਦੋਸਤੋ, ਇਹ ਸੀ ਅੱਜ ਦੀ ਆਪਣੀ ਵੀਡੀਓ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਅੱਗੇ ਕਿਸ ਤਰ੍ਹਾਂ ਦੀਆਂ ਵੀਡੀਓ ਚਾਹੀਦੀਆਂ ਨੇ, ਤਾਂ ਕਿ ਤੁਹਾਡਾ ਵੱਧ ਤੋਂ ਵੱਧ ਬੈਨੀਫਿਟ ਹੋ ਸਕੇ। ਤਾਂ ਚਲੋ ਦੋਸਤੋ, ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ।